ਹਾਏ ਗਾਇਜ਼ ਹੋਰ ਫਿਰ ਕਿੱਦਾਂ ਕੀ ਹਾਲ ਚਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਹਰਪ੍ਰੀਤ ਸਿੰਘ, ਤੁਹਾਡਾ ਵੈਲਕਮ ਮੇਰੇ ਯੂਟਿਊਬ ਚੈਨਲ v.harpreet ਸਿੰਘ 'ਤੇ। ਕੁਛ ਦਿਨ ਨੂੰ ਪਹਿਲਾਂ, ਲਗਭਗ 2-3 ਹਫ਼ਤੇ ਪਹਿਲਾਂ ਮੈਂ ਚੰਡੀਗੜ੍ਹ ਗਿਆ ਹੋਇਆ ਸੀ, ਜਿੱਥੋਂ ਦੇ ਮੈਂ 2 ਵਲੋਗ ਤਿਆਰ ਕੀਤੇ ਸੀ। ਇੱਕ ਚੰਡੀਗੜ੍ਹ PGI ਜਿਹੜਾ ਐਡਵਾਂਸ ਆਈ ਸੈਂਟਰ, ਜੇਕਰ ਤੁਸੀਂ ਅੱਜ ਤੱਕ ਉਹ ਵਲੋਗ ਨਹੀਂ ਦੇਖਿਆ ਤਾਂ ਜਾਓ ਉਹ ਵਲੋਗ ਦੇਖੋ। ਅਤੇ ਅੱਜ ਦਾ ਵਲੋਗ ਹੈ ਇਲਾਂਟੇ ਮੋਲ, ਜੋ ਕਿ ਚੰਡੀਗੜ੍ਹ 'ਚ ਹੀ ਹੈ। ਅਤੇ ਜ਼ਿਆਦਾ ਨਾ ਬੋਲਦੇ ਹੋਏ ਤਾਂ ਸ਼ੁਰੂ ਕਰਨੇ ਅੱਜ ਦਾ ਵਲੋਗ, ਇਲਾਂਟੇ ਮੋਲ। ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਅਤੇ ਚਲੋ ਜੀ, ਸ਼ੁਰੂ ਕਰੀਏ ਅੱਜ ਦਾ ਵਲੋਗ। ਅਤੇ ਹੁਣ ਅਸੀਂ ਜਾ ਰਹੇ ਹਾਂ ਇਲਾਂਟੇ ਮੋਲ ਵੱਲ। ਮੈਂ ਤੁਹਾਨੂੰ ਇਲਾਂਟੇ ਮੋਲ ਜਾਣ ਲਈ ਬੱਸ ਹੀ ਪ੍ਰੈਫਰ ਕਰਾਂਗਾ, ਬਿਕੋਜ਼ ਆਟੋ ਵਾਲੇ ਮੇ ਬੀ ਉੱਥੋਂ ਜ਼ਿਆਦਾ ਪੈਸੇ ਲੈਂਦੇ ਨੇ। ਬਾਕੀ ਜੇਕਰ ਤੁਸੀਂ ਆਟੋ 'ਚ ਜਾਣਾ ਹੋ ਤੁਹਾਡੀ ਮਰਜ਼ੀ ਹੈ। ਬੇਸਿਕਲੀ ਮੈਨੂੰ ਉੱਥੇ 2-3 ਜਗ੍ਹਾ 'ਤੇ 2-3 ਮਤਲਬ ਸਿਕਿਉਰਿਟੀ ਗਾਰਡਾਂ ਨੇ ਉੱਥੇ ਮੈਨੂੰ ਮਨ੍ਹਾ ਕੀਤਾ ਸੀ ਵੀਡੀਓ ਬਣਾਉਣ ਤੋਂ। ਅਤੇ ਜਿੱਥੇ ਜਿੱਥੇ ਮੈਨੂੰ ਮਨ੍ਹਾ ਕੀਤਾ ਗਿਆ ਸੀ ਅਤੇ ਉੱਥੋਂ ਉੱਥੋਂ ਦੀ ਮੈਂ ਵੀਡੀਓ ਜਿਹੜੀ ਬਣਾਈ ਸੀ ਉਹ ਮੈਂ ਡਿਲੀਟ ਕਰ ਚੁੱਕਿਆ। ਅਤੇ ਜਿਹੜੀ ਵੀ ਹੁਣ ਜੇਕਰ ਤੁਸੀਂ ਹੁਣ ਇਸ ਵੀਡੀਓ ਨੂੰ ਦੇਖਦੇ ਹੋਏ, ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਤਾਂ ਉਹ ਕਮੈਂਟਾਂ ਵਿੱਚ ਲਿਖੇ। ਬੇਸਿਕਲੀ ਮੈਂ ਇੱਕ ਪ੍ਰਮੋਸ਼ਨਲ ਵੀਡੀਓ ਹੀ ਬਣਾਉਣਾ ਅਤੇ ਗਾਈਡ ਕਰਨ ਵਾਲੀ ਵੀਡੀਓ ਬਣਾਉਣਾ, ਤਾਂ ਕਿ ਮਤਲਬ ਲੋਕਾਂ ਨੂੰ ਪਤਾ ਲੱਗ ਸਕੇ ਵੀ ਉਹ ਜਗ੍ਹਾ ਇਹੋ ਜਿਹੀ ਹੈ ਅਤੇ ਇਸ ਜਗ੍ਹਾ ਆਪਾਂ ਨੂੰ ਇਹ ਚੀਜ਼ਾਂ ਆਪਾਂ ਬਾਏ ਕਰ ਸਕਦੇ ਹਾਂ। ਅਤੇ ਚਲੋ, ਅਤੇ ਹੁਣ ਤੁਸੀਂ ਦੇਖ ਸਕਦੇ ਹੋ ਇਲਾਂਟੇ ਮੋਲ ਦਾ ਇੰਟੀਰੀਅਰ ਵਿਊ ਹੈ। ਬੇਸਿਕਲੀ ਜਦੋਂ ਤੁਸੀਂ ਐਂਟਰ ਹੋਗੇ ਤਾਂ ਤੁਹਾਨੂੰ ਸਾਹਮਣੇ ਡਰੈਗਨ ਦੇਖਣ ਨੂੰ ਮਿਲ ਜਾਣਗਾ। ਅਤੇ ਤੁਸੀਂ ਉੱਥੇ ਪਿੱਕ ਖਿੱਚ ਸਕਦੇ ਹੋ, ਪਿੱਕ ਬਦਲੋ, ਉੱਥੇ ਕੋਈ ਮਤਲਬ ਪਾਬੰਦੀ ਨਹੀਂ ਹੈ, ਤੁਸੀਂ ਮਤਲਬ ਕਿੱਥੇ ਮਰਜ਼ੀ ਪਿੱਕ ਖਿੱਚ ਸਕਦੇ ਹੋ। ਇਲਾਂਟੇ ਮੋਲ 'ਚ ਚਾਰ ਫਲੋਰਾਂ ਨੇ ਅਤੇ ਚਾਰੋਂ ਫਲੋਰਾਂ 'ਤੇ ਤੁਹਾਨੂੰ ਲਿਫਟ ਅਤੇ ਆ ਜਿਹੜੀ ਆਟੋਮੈਟਿਕ ਪੌੜੀਆਂ ਨੇ ਇਹਨਾਂ ਦੀ ਸੁਵਿਧਾ ਮਿਲ ਜਾਏਗੀ। ਜੇਕਰ ਤੁਹਾਨੂੰ ਆਟੋਮੈਟਿਕ ਜਿਹੜੀ ਪੌੜੀਆਂ ਨੇ ਇਹਨਾਂ ਨੂੰ ਮੇ ਬੀ ਇਲੀਵੇਟ ਪਤਾ ਨਹੀਂ ਇਹਨਾਂ ਨੂੰ ਜੋ ਵੀ ਇਹਨਾਂ ਦਾ ਨਾਮ ਹੈ, ਜੇਕਰ ਤੁਹਾਨੂੰ ਪਤਾ ਤਾਂ ਕਮੈਂਟਾਂ ਵਿੱਚ ਮੈਨੂੰ ਜ਼ਰੂਰ ਦੱਸਿਓ ਵੀ ਇਹਨਾਂ ਨੂੰ ਕੀ ਕਹਿੰਦੇ ਨੇ। ਅਤੇ ਉੱਥੇ ਚਾਰੋਂ ਫਲੋਰਾਂ 'ਤੇ ਤੁਹਾਨੂੰ ਲਿਫਟ ਅਤੇ ਆ ਪੌੜੀਆਂ ਵੇਖਣ ਨੂੰ ਮਿਲ ਜਾਣਗੀਆਂ। ਇੱਥੋਂ ਤੁਸੀਂ ਆਪਣੀ ਬੇਬੀ ਵਾਸਤੇ, ਛੋਟੇ ਬੇਬੀ ਵਾਸਤੇ ਸਟਰੋਲਰ ਖਰੀਦ ਸਕਦੇ ਹੋ। ਉੱਥੇ ਹਰੇਕ ਪ੍ਰਕਾਰ ਦੀ ਮਤਲਬ ਬੇਬੀ ਐਸੇਸਰੀਜ਼ ਨੇ। ਤੁਹਾਨੂੰ ਹਰ ਫਲੋਰ 'ਤੇ ਕੋਈ ਨਾ ਕੋਈ ਰੈਸਟੋਰੈਂਟ ਅਤੇ KFC ਅਤੇ ਅਲੱਗ ਅਲੱਗ ਤਰ੍ਹਾਂ ਦੇ ਜੋ ਵੀ ਮਤਲਬ ਜੇਕਰ ਤੁਸੀਂ ਕੁਛ ਵੀ ਖਾਣਾ ਹੋਇਆ ਅਤੇ ਕੋਈ ਹਰੇਕ ਪ੍ਰਕਾਰ ਦੇ ਤੁਹਾਨੂੰ ਮਤਲਬ ਫੂਡ ਆਈਟਮਸ ਦੇਖਣ ਨੂੰ ਮਿਲ ਜਾਂਦੀਆਂ ਨੇ। ਅਤੇ ਇਲਾਂਟੇ ਮੋਲ ਦੀ ਸਭ ਤੋਂ ਟੋਪ ਫਲੋਰ 4th ਫਲੋਰ 'ਤੇ ਤੁਹਾਨੂੰ 4th ਫਲੋਰ 'ਤੇ ਮੇ ਬੀ ਤੁਹਾਨੂੰ ਲੈਫਟ ਸਾਈਡ 'ਚ ਮਤਲਬ ਬਾਹਰੋਂ ਜੇ ਵੇਖੋਗੇ ਮੋਲ ਦੇ ਪੂਰੇ ਮਤਲਬ ਟੋਪ ਦੇ ਲੈਫਟ ਸਾਈਡ 'ਤੇ ਤੁਹਾਨੂੰ ਫਨ ਸਿਟੀ ਵੇਖਣ ਨੂੰ ਮਿਲ ਜਾਏਗੀ। ਜੇਕਰ ਤੁਸੀਂ ਉੱਥੇ ਆਪਣੇ ਬੱਚਿਆਂ ਨਾਲ ਜਾਂਦੇ ਹੋ ਤਾਂ ਤੁਹਾਨੂੰ ਮੈਂ ਇਹ ਫਨ ਸਿਟੀ ਜ਼ਰੂਰ ਰਿਕਮੈਂਡ ਕਰਾਂਗਾ, ਬਿਕੋਜ਼ ਇੱਥੇ ਤੁਹਾਡੇ ਚਾਈਲਡ ਬਹੁਤ ਇੰਜੋਏ ਕਰਨਗੇ। ਤੁਹਾਨੂੰ ਹਰੇਕ ਪ੍ਰਕਾਰ ਦੀ ਜਿਹੜੀ ਫਨ ਸਿਟੀ 'ਚ ਇਲੈਕਟ੍ਰੋਨਿਕ ਜਿਹੜੀ ਆ ਤੁਸੀਂ ਦੇਖ ਸਕਦੇ ਹੋ, ਹਰੇਕ ਤੁਹਾਨੂੰ ਉੱਥੇ ਸੁਵਿਧਾ ਮਿਲ ਜਾਣਗੀ। ਛੋਟੇ ਬੱਚਿਆਂ ਲਈ ਖਾਸ ਕਰ ਛੋਟੇ ਬੱਚਿਆਂ ਲਈ ਤੁਹਾਨੂੰ ਸੁਵਿਧਾ ਮਿਲ ਜਾਏਗੀ। ਅਲੱਗ ਅਲੱਗ ਪ੍ਰਕਾਰ ਦੇ ਉੱਥੇ ਕਾਰਸ ਨੇ ਅਤੇ ਉਸ ਤੋਂ ਇਲਾਵਾ ਤੁਸੀਂ ਜੋ ਵੀ ਤੁਹਾਡੀ ਮਤਲਬ ਇੱਛਾ ਹੋਏ ਤੁਸੀਂ ਉੱਥੇ ਇੰਜੋਏ ਕਰ ਸਕਦੇ ਹੋ। ਤੁਸੀਂ ਅਰਾਊਂਡ ਅਬਾਊਟ ਦੀ ਰਾਈਡ, ਜੇਕਰ ਤੁਹਾਨੂੰ ਮਤਲਬ ਮੇਰੀ ਕਿਸੇ ਵੀ ਪ੍ਰੋਨਾਊਂਸੀਏਸ਼ਨ ਮਤਲਬ ਗਲਤ ਲੱਗਦੀ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ, ਅਤੇ ਤੁਸੀਂ ਇੰਜੋਏ ਕਰ ਸਕਦੇ ਹੋ ਉੱਥੋਂ ਦਾ ਉੱਥੋਂ ਦੀ ਫਨ ਸਿਟੀ। ਜੇਕਰ ਤੁਹਾਨੂੰ ਵੀਡੀਓ ਹੁਣ ਤੱਕ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਤੇ ਚਲੋ,
ਹੁਣ ਤੁਸੀਂ ਇੰਜੋਏ ਕਰ ਸਕਦੇ ਹੋ ਉੱਥੋਂ ਦਾ ਵਲੋਗ। ਅਤੇ ਹੁਣ ਤੁਸੀਂ ਦੇਖ ਰਹੇ ਹੋ ਉੱਥੋਂ ਦੀ ਸਭ ਤੋਂ ਲਾਰਜੈਸਟ ਟੋਏ ਸ਼ੋਪ। ਵਾਹ ਕਿਆ ਬਾਤ ਆ ਜੀ, ਜੇਕਰ ਰਿਮੋਟ ਕੰਟਰੋਲ ਕਾਰ ਹੋਏ ਨਾ ਇਹੋ ਜਿਹੇ, ਕਿਆ ਬਾਤਾਂ ਨੇ, ਡਿਜ਼ਾਈਨ ਤਾਂ ਦੇਖੋ ਤੁਸੀਂ। ਅਤੇ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਰਿਲਾਇੰਸ ਡਿਜੀਟਲ। ਇੱਥੇ ਤੁਹਾਨੂੰ ਹਰੇਕ ਪ੍ਰਕਾਰ ਦੀ ਇਲੈਕਟ੍ਰੋਨਿਕ, ਹਰੇਕ ਪ੍ਰਕਾਰ ਦੀ, ਇੱਕੋ ਇੱਕ ਕੈਮਰੇ ਤੋਂ ਲੈ ਕੇ LED ਤੱਕ, LED ਤੋਂ ਲੈ ਕੇ ਮਤਲਬ ਵਾਸ਼ਿੰਗ ਮਸ਼ੀਨ, ਫਰਿੱਜ, ਹਰੇਕ ਤੁਹਾਨੂੰ ਇੱਥੇ ਮਤਲਬ ਇਲੈਕਟ੍ਰੋਨਿਕ ਡਿਵਾਈਸ ਵੇਖਣ ਨੂੰ ਮਿਲ ਜਾਏਗੀ। ਵਾਹ ਵਟ ਏ ਨਾਈਸ, ਤੁਸੀਂ ਕਲੈਰਿਟੀ ਦੇਖ ਸਕਦੇ ਹੋ ਕਿੰਨੀ HD ਕਲੈਰਿਟੀ ਇਹਨਾਂ LED ਦੀਆਂ। ਜੇਕਰ ਅੱਜ ਦਾ ਵਲੋਗ ਚੰਗਾ ਲੱਗਿਆ ਹੋਵੇ ਤਾਂ ਇਹਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਤੇ ਥੈਂਕਸ ਫੋਰ ਵਾਚਿੰਗ ਦਿਸ ਵੀਡੀਓ।